ਦੋਸਤੋ ਹੁਣ ਅਸੀਂ ਤੁਹਾਡੀ ਇੱਕ ਬਹੁਤ ਹੀ ਖਾਸ ਸ਼ਖਸੀਅਤ ਨਾਲ ਗੱਲ ਕਰਾਵਾਂਗੇ। ਅਸੀਂ ਇਸ ਵਕਤ ਹਾਂ ਜਲੰਧਰ ਦੇ ਲਾਗੇ ਨਾਮਰਾ ਐਸ ਐਚ ਓ ਦੇ ਆਫਿਸ ਵਿੱਚ। ਇੰਟਰੋਡਿਊਸ ਕਰਾਉਣ ਤੋਂ ਪਹਿਲਾਂ ਮੈਂ ਇਹਨਾਂ ਦੀ ਖਾਸੀਅਤ ਤੁਹਾਨੂੰ ਦੱਸ ਦਿੰਦਾ। ਸ਼੍ਰੀ ਪੁਸ਼ਪ ਬਾਲੀ ਜੀ ਇੱਥੇ ਐਸ ਐਚ ਓ ਹੈ। ਇਹਨਾਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਰੀਸੈਂਟਲੀ ਮੇਰੇ ਨਾਲ ਨੇ ਸ਼੍ਰੀ ਪੁਸ਼ਪ ਬਾਲੀ ਜੀ। ਪੁਸ਼ਪਾਲੀ ਜੀ ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਅਤੇ ਇਹ ਜਿਹੜਾ ਸਾਨੂੰ ਹੁਣ ਰੀਸੈਂਟ ਇਨਾਮ ਮਿਲਿਆ ਹੈਗਾ, ਇਹਦਾ ਪਿਛੋਕੜ ਕੀ ਸੀ ਬਾਲੀ ਸਾਹਿਬ? ਥੈਂਕ ਯੂ ਭਾਰ ਸਾਹਿਬ। ਇਹਦਾ ਪਿਛੋਕੜ ਇਹ ਸੀਗਾ ਵੀ ਮੈਂ CIA ਪੋਸਟਡ ਸੀਗਾ। ਹਾਂਜੀ। ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸੰਬੰਧ ਦੇ ਵਿੱਚ ਥਾਣਾ ਕਰਤਾਰਪੁਰ ਬੱਸ ਸਟੈਂਡ ਦੇ ਉੱਤੇ ਇੱਕ ਧਰਨਾ ਲੱਗਾ ਹੋਇਆ ਸੀ। ਹਾਂਜੀ। ਜਿੱਥੇ ਮੈਨੂੰ ਡਿਪਿਊਟ ਕੀਤਾ ਗਿਆ ਸੀਗਾ। ਹਾਂਜੀ। ਉੱਥੇ ਜਗਮੋਹਨ ਨਾਂ ਦਾ ਇੱਕ ਕਾਂਸਟੇਬਲ ਜੋ ਥਾਣਾ ਕਰਤਾਰਪੁਰ 'ਚ ਪੋਸਟਡ ਸੀਗਾ, ASP ਸਾਹਿਬ ਦੇ ਨਾਲ ਉੱਥੇ ਉਹਦੀ ਡਿਊਟੀ ਸਿਵਲ ਦੇ ਵਿੱਚ ਉਹਨਾਂ ਦੀ ਨਿਗਰਾਨੀ ਰੱਖਣ ਲਈ ਲਾਈ ਹੋਈ ਸੀ। ਅੱਛਾ। ਉਹ ਉੱਥੇ ਉਹਦੀ ਮੂਵੀ ਬਣਾਉਣ ਲੱਗ ਪਿਆ ਅਤੇ ਉਹ ਜਿਹੜੇ ਉੱਥੇ ਬੈਠੇ ਹੋਏ ਸੀ ਪ੍ਰਦਰਸ਼ਨਕਾਰੀ, ਉਹਨਾਂ ਨੂੰ ਉਹ ਚੰਗਾ ਨਹੀਂ ਲੱਗਾ ਅਤੇ ਉਹਨਾਂ ਨੇ ਉਹਨੂੰ ਦੌੜਾ ਦੌੜਾ ਕੇ ਅਤੇ ਉਹਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਹਾਂਜੀ। ਅਤੇ ਕਿਰਪਾਨਾਂ ਲੈ ਕੇ ਅਤੇ ਮੋਬ ਨੇ ਉਹਨਾਂ ਨੂੰ ਕਿਰਪਾਨਾਂ ਨਾਲ ਵੱਢਣਾ ਸ਼ੁਰੂ ਕਰ ਲਿਆ ਘੇਰ ਕੇ। ਉਸੇ ਵਿੱਚ ਮੋਬ ਦੇ ਵਿੱਚ ਵੜ ਕੇ ਅਤੇ ਉਸਨੂੰ ਕੱਢ ਕੇ ਲਿਆਇਆ ਸੀ ਅਤੇ ਉਹਨੂੰ ਹੋਸਪਿਟਲ ਪਹੁੰਚਾਇਆ ਸੀ, ਜਿਸ ਦੇ ਉੱਤੇ ਉਹਨੂੰ 14 ਸ਼ਾਰਪ ਇੰਜਰੀਜ਼ ਆਈਆਂ ਸੀ, ਜਿਸਦੇ ਰਿਗਾਰਡਿੰਗ 307 IPC ਦਾ ਮੁਕੱਦਮਾ ਵੀ ਉੱਥੇ ਦਰਜ ਹੋਇਆ ਸੀਗਾ। ਅਤੇ ਉਦੋਂ ਫਿਰ ਸੀਨੀਅਰ ਆਫਿਸਰ ਸਾਹਿਬਾਨ ਨੇ ਮੇਰਾ ਨਾਮ ਸਰਕਾਰ ਨੂੰ ਲਿਖ ਕੇ ਭੇਜਿਆ ਸੀ, ਜਿਸ 'ਤੇ ਮੈਨੂੰ ਭਾਰਤ ਸਰਕਾਰ ਵੱਲੋਂ ਇਹ ਇਨਾਮ ਮਿਲਿਆ। ਬਹੁਤ ਅੱਛੀ ਗੱਲ ਹੈ, ਇਹਦਾ ਬਹੁਤ ਬਹੁਤ ਮੁਬਾਰਕਾਂ ਫਿਰ ਤੁਹਾਨੂੰ। ਅਤੇ ਉਦੋਂ ਤੁਹਾਡੀ ਆਪਣੀ ਜਾਨ ਵੀ ਜਾ ਸਕਦੀ ਸੀ, ਇੱਡੇ ਵੱਡੇ ਮੌਬ ਵਿੱਚੋਂ ਕਿਸੇ ਨੂੰ ਬਚਾਉਣਾ ਅਤੇ ਆਪ ਵੀ ਬਚਣਾ। ਪਰ ਸਾਹਿਬ ਉਸ ਵੇਲੇ ਤਾਂ ਇਹ ਚੀਜ਼ ਮਹਿਸੂਸ ਹੀ ਨਹੀਂ ਹੋਈ ਵੀ ਮੈਨੂੰ ਕੋਈ ਪ੍ਰੋਬਲਮ ਹੋ ਸਕਦੀ ਹੈ। ਉਸ ਵੇਲੇ ਤਾਂ ਇਹ ਲੱਗਾ ਵੀ ਇਸ ਬੰਦੇ ਨੂੰ ਮੇਰੀ ਜ਼ਰੂਰਤ ਹੈ ਅਤੇ ਮੈਂ ਇਸ ਨੂੰ ਬਚਾਉਣਾ, ਇਹਦੀ ਜ਼ਿੰਦਗੀ ਬਚਾਉਣੀ ਹੈ, ਨਹੀਂ ਤਾਂ ਇਸ ਮੇਰੀਆਂ ਅੱਖਾਂ ਦੇ ਸਾਹਮਣੇ ਇਸਦਾ ਕਤਲ ਹੋ ਜਾਣਾ ਹੈ। ਅਤੇ ਇਸ ਕਰਕੇ ਉੱਥੋਂ ਕੋਈ ਹੱਲਾਸ਼ੇਰੀ ਭਗਵਾਨ ਵੱਲੋਂ ਹੀ ਮਿਲੀ ਅਤੇ ਉੱਥੇ ਵਿੱਚ ਵੜ ਕੇ ਉਹਨੂੰ ਕੱਢ ਕੇ ਲਿਆਏ ਸੀਗੇ। ਬਹੁਤ ਅੱਛੀ ਗੱਲ। ਮੈਨੂੰ ਤੁਸੀਂ ਦੱਸਿਆ ਵੀ ਇਹਦੇ ਤੋਂ ਪਹਿਲਾਂ ਵੀ ਤੁਹਾਨੂੰ ਇੱਕ ਨੈਸ਼ਨਲ ਅਵਾਰਡ ਹੋਰ ਮਿਲ ਚੁੱਕਾ ਹੈਗਾ, ਉਹ ਕਿਹੜਾ ਸੀ ਅਤੇ ਉਹਦਾ ਕੀ ਪਿਛੋਕੜ ਸੀ, ਕਿਵੇਂ ਉਹ ਇੰਸੀਡੈਂਸ ਹੈਪਨ ਹੋਇਆ ਸੀ ਜਿਹਦਾ ਜਿਹਦੇ ਕਰਕੇ ਤੁਹਾਨੂੰ ਨੈਸ਼ਨਲ ਅਵਾਰਡ ਮਿਲਿਆ ਸੀ? ਭਾਰਤ ਸਾਹਿਬ ਇਸ ਤੋਂ ਪਹਿਲਾਂ 2009 ਵਿੱਚ ਮੈਂ ਦੇਵੀ ਤਲਾ ਮੰਦਰ ਪੋਸਟਡ ਸੀਗਾ ਅਤੇ ਇੱਕ ਮੁਕਤਾ ਜਾਨ ਨਾਂ ਦੀ ਲੜਕੀ ਨੇ ਸਰੋਵਰ ਦੇ ਵਿੱਚ ਛਾਲ ਮਾਰਤੀ ਸੀ, ਜੋ 15-20 ਫੁੱਟ ਗਹਿਰਾਈ 'ਚ ਸਰੋਵਰ ਸੀਗਾ। ਅੱਛਾ ਜੀ। ਅਤੇ ਮੈਂ ਉਸ ਯੂਨੀਫਾਰਮ 'ਤੇ ਗੇਟ 'ਤੇ ਸੀਗਾ, ਮੈਂ ਦੌੜ ਕੇ ਜਾ ਕੇ ਉਹਨੂੰ ਸਰੋਵਰ ਦੇ ਵਿੱਚੋਂ ਲੜਕੀ ਨੂੰ ਪਾਣੀ ਦੇ ਵਿੱਚੋਂ ਕੱਢ ਕੇ ਲਿਆਇਆ ਸੀਗਾ। ਹਾਂਜੀ। ਅਤੇ ਜਿਸ ਕਰਕੇ ਉਦੋਂ ਡਾਕਟਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਆਫ ਇੰਡੀਆ ਵੱਲੋਂ ਜੀ ਵੱਲੋਂ ਮੈਨੂੰ ਓਨਰ ਕੀਤਾ ਗਿਆ ਸੀ ਅਤੇ ਮੈਨੂੰ ਫਸਟ ਟਾਈਮ ਲਾਈਫ ਸੇਵਿੰਗ ਅਵਾਰਡ ਉਦੋਂ ਮਿਲਿਆ ਸੀਗਾ। ਬਹੁਤ ਅੱਛੀ ਗੱਲ। ਇਹਦੇ ਨਾਲ ਨਾਲ ਤੁਸੀਂ ਬਹੁਤ ਸਾਰੇ ਦਰਸ਼ਕੋ ਆ ਦੇਖੋ ਕਿੰਨੇ ਅੱਛੇ ਅਵਾਰਡ ਲੱਗੇ, ਇਹ ਤੁਸੀਂ ਜਿਹੜੇ ਆਪਣੇ ਚੈਸਟ 'ਤੇ ਲਾਏ, ਬੜਾ ਮਾਣ ਵਾਲੀ ਗੱਲ, ਥੋੜ੍ਹਾ ਥੋੜ੍ਹਾ ਦੱਸ ਹੀ ਦਿਓ ਇਹ ਵਾਲਾ ਕਿਹੜਾ ਅਵਾਰਡ ਹੈਗਾ? ਇਹ ਅਵਾਰਡ ਹੁਣ ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜੀ ਵੱਲੋਂ ਮੈਨੂੰ ਦਿੱਤਾ ਗਿਆ ਹੈ। ਹਾਂਜੀ। ਇਹ ਜਿਹੜਾ ਹੈਗਾ ਇਹ ਪਹਿਲਾਂ ਡਾਕਟਰ ਮਨਮੋਹਨ ਸਿੰਘ ਜੀ ਵੱਲੋਂ, ਉਦੋਂ ਦੇ ਪ੍ਰਧਾਨ ਮੰਤਰੀ ਜੀ ਵੱਲੋਂ 2009 ਦੇ ਵਿੱਚ ਮੈਨੂੰ ਦਿੱਤਾ ਗਿਆ ਸੀਗਾ। ਵਾਹ ਜੀ ਵਾਹ। ਇਹ ਪ੍ਰੈਜ਼ੀਡੈਂਟ ਸ਼੍ਰੀ ਅਬਦੁਲ ਕਲਾਮ ਜੀ ਜਿਹੜੇ ਰਾਸ਼ਟਰਪਤੀ, ਹਾਂਜੀ ਜੀ ਸਰ, 2003 ਦੇ ਵਿੱਚ ਮੈਨੂੰ ਉਦੋਂ ਇਹ ਪ੍ਰਾਈਜ਼ ਮਿਲਿਆ ਸੀ। ਗਲੈਂਟਰੀ ਅਵਾਰਡ ਹੈ, ਇਹ ਸਭ ਤੋਂ ਵੱਡਾ ਪੁਲਿਸ ਦਾ ਜਿਹੜਾ ਇਹ ਅਵਾਰਡ ਹੈ, ਇਹ ਉਦੋਂ ਮੈਨੂੰ ਇਹ ਮਿਲਿਆ ਸੀਗਾ ਜੀ। ਹਾਂਜੀ। ਇਹ ਕਠਿਨ ਸੇਵਾ ਪੁਰਸਕਾਰ ਹੈ, ਆਜ਼ਾਦੀ ਦੇ ਜਿਹੜਾ ਹੋਦਗੇ ਆ 50ਵੀਂ ਵਰ੍ਹੇਗੰਢ ਹੋਈ ਸੀ ਅਤੇ ਉਹਦਾ ਸਾਨੂੰ ਇੱਕ ਮੈਡਲ ਮਿਲਿਆ ਸੀਗਾ। ਪਰ ਸਾਹਿਬ ਇਹ 2003 ਦੇ ਵਿੱਚ ਸ਼੍ਰੀ ਹਰਪ੍ਰੀਤ ਸਿੱਧੂ ਸਰ ਇੱਥੇ SSP ਜਲੰਧਰ ਸੀਗੇ। ਹਾਂਜੀ। ਅਤੇ ਆਦਰਸ਼ ਨਗਰ ਦੇ ਵਿੱਚ ਕੋਠੀ ਨੰਬਰ 105 ਦੇ ਵਿੱਚ ਡਾਕਟਰ ਸ਼੍ਰੀ ਅਸ਼ੋਕ ਸੋਨਿਕ ਐਡਵੋਕੇਟ, ਉਹਨਾਂ ਦੀ ਬੇਟੀ ਸੀ ਆਸ਼ਨਾ, 7 ਸਾਲ ਦੀ ਨੂੰ ਉਹਨੂੰ ਹੋਸਟ ਬਣਾ ਲਿਆ ਸੀਗਾ। ਅਤੇ ਉਹਨੇ ਕਾਫੀ ਡਿਮਾਂਡਸ ਰੱਖੀਆਂ ਸੀ, ਦੁਪਹਿਰੇ 1 ਵਜੇ ਤੋਂ ਲੈ ਕੇ ਉਹਨੂੰ ਹੋਸਟ ਬਣਾਇਆ ਹੋਇਆ ਸੀ ਬੱਚੀ ਨੂੰ। ਅਤੇ ਰਾਤ ਅਸੀਂ ਕਰੀਬ 12-13 ਘੰਟਿਆਂ ਬਾਅਦ ਉਸ ਬੱਚੀ ਨੂੰ ਛੁਡਾਇਆ ਸੀਗਾ, 7 ਸਾਲ ਦੀ ਬੱਚੀ ਨੂੰ, ਅਤੇ ਕ੍ਰਿਮੀਨਲਸ ਨੂੰ, ਅਤੇ ਉੱਥੇ ਸਾਡਾ ਇਨਕਾਊਂਟਰ ਹੋਇਆ ਸੀਗਾ।
ਅਤੇ ਐਸ ਐਸ ਪੀ ਸਰ ਨੇ ਆਪ ਸਾਰਾ ਸ਼੍ਰੀ ਹਰਪ੍ਰੀਤ ਸਿੱਧੂ ਜਿਹੜੇ ਐਸ ਟੀ ਐਫ ਦੇ ਅੱਜ ਕੱਲ੍ਹ, ਹਾਂ, ਉਹਨਾਂ ਨੇ ਸਾਰਾ ਆਪ ਸੁਪਰਵਾਈਜ਼ ਕੀਤਾ ਸੀਗਾ ਅਤੇ ਆਪ ਉਹਨਾਂ ਨੇ ਸ਼ਾਮਿਲ ਹੋਏ ਸੀ ਸਾਡੇ ਨਾਲ, ਅਤੇ ਮੈਂ ਉਹਨਾਂ ਦੀ ਟੀਮ ਦਾ ਹਿੱਸਾ ਸੀਗਾ। ਅਤੇ ਇਹ ਉਹ ਫਿਰ ਜਿਹੜਾ ਸੀਗੇ ਜੀ, ਇਸ ਸੰਬੰਧੀ ਡੀ ਆਈ ਜੀ ਸਾਹਿਬ ਮਿਸਟਰ ਦਿਨਕਰ ਗੁਪਤਾ ਸਾਹਿਬ ਸੀ ਉਦੋਂ ਸਰ ਨੇ, ਅੱਜ ਕੱਲ੍ਹ ਡੀ ਜੀ ਪੀ ਪੰਜਾਬ, ਜੀ ਸਰ, ਜੀ ਸਰ, ਉਦੋਂ ਇਹ ਡੀ ਆਈ ਜੀ ਸਰ ਜਲੰਧਰ ਸੀਗੇ, ਅਤੇ ਇਹਨਾਂ ਨੇ ਸਾਡੀ ਰਿਕਮੈਂਡੇਸ਼ਨ ਸਰਕਾਰ ਪਾਸ ਕੀਤੀ ਸੀ ਬਹਾਦਰੀ ਦੇ ਐਕਟ ਲਈ। ਹਾਂਜੀ ਹਾਂਜੀ। ਅਤੇ ਫਿਰ ਇਹ ਸਰ ਉੱਥੇ ਦਿੱਲੀ ਗਿਆ ਸੀ, ਅਤੇ ਉੱਥੇ ਇਹ ਬੈਠਦੀ ਆ, ਇੱਕ ਕਮੇਟੀ ਬੈਠਦੀ ਆ ਜਿਹੜਾ ਇਹ ਡਿਸਾਈਡ ਕਰਦੀ ਆ ਕੇਸਿਸ ਨੂੰ, ਇਹ ਅਫਸਰ ਨੂੰ ਇਹ ਨਾਮ ਦੇਣ ਦੇ ਕਾਬਲ ਹੈ, ਜਿਹੜਾ ਕਾਬਲ ਹੈ ਜਾਂ ਨਹੀਂ ਹੈ ਜਾਂ ਵਾਕਈ ਇਹਨਾਂ ਨੇ ਕੰਮ ਕੀਤਾ ਹੈ, ਇਸ ਕਰਕੇ ਉਸ ਕਮੇਟੀ ਵੱਲੋਂ ਡਿਸਾਈਡ ਕੀਤਾ ਜਾਂਦਾ ਹੈ। ਬਹੁਤ ਅੱਛੀ ਗੱਲ। ਆਮ ਤੌਰ 'ਤੇ ਇੱਕ ਵਾਲੀ ਸਾਹਿਬ, ਤੁਸੀਂ ਗੁੱਸਾ ਨਾ ਕਰਿਓ, ਪੁਲਿਸ ਆਮ ਲੋਕ ਪੁਲਿਸ ਨੂੰ ਕੋਈ ਗਾਲਾਂ ਕੱਢਦਾ, ਕੋਈ ਕਹਿੰਦਾ ਜੀ ਇਹ ਚੰਗੀ ਨਹੀਂ ਹੈ, ਕੋਈ ਕਹਿੰਦਾ ਕਰਪਸ਼ਨ ਕਰਦੀ, ਪਰ ਮੈਨੂੰ ਬਹੁਤ ਖੁਸ਼ੀ ਹੋਈ ਮਿਲ ਕੇ ਵੀ ਤੁਹਾਡੇ ਵਰਗੇ ਵੀ ਇੱਕ ਜਿਹੜੇ ਐਸ ਐਚ ਓ ਪੱਧਰ ਦੇ ਵੀ ਬਹੁਤ ਅੱਛੇ ਅਫਸਰ ਹੈਗੇ ਆ ਪੰਜਾਬ ਪੁਲਿਸ ਕੋਲ, ਜਿਨ੍ਹਾਂ ਨਾਲ ਮਿਲ ਕੇ ਤਾਂ ਬੜਾ ਇੱਕ ਮਤਲਬ ਫਖਰ ਮਹਿਸੂਸ ਹੁੰਦਾ ਹੈਗਾ। ਸਾਡੇ ਕੋਲ ਜਿਹੜੇ ਥਾਣੇ ਪੱਧਰ ਦੇ ਵੀ ਅੱਛੇ ਅਫਸਰ ਹੈਗੇ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਭਾਰਤ ਸਾਹਿਬ, ਪਹਿਲਾਂ ਤਾਂ ਮੈਂ ਤੁਹਾਨੂੰ, ਤੁਸੀਂ ਜਿਹੜਾ ਮਾਣ ਵਧਾਇਆ, ਮੈਂ ਤੁਹਾਡਾ ਥੈਂਕਸ ਕਰਦਾ ਹਾਂ। ਮੈਂ ਦੂਸਰੀ ਗੱਲ ਇੱਕ ਕਹਿਣਾ ਚਾਹੁੰਦਾ ਵੀ ਸਾਰੇ ਜਿਹੜਾ ਡਿਪਾਰਟਮੈਂਟ ਇੱਕੋ ਜਿਹਾ ਨਹੀਂ ਹੁੰਦਾ, ਵਿੱਚ ਇੱਕ ਦੋ ਬੰਦੇ ਕੋਈ ਇਹੋ ਜਿਹੀ ਸ਼ਰਾਰਤ ਕਰ ਦਿੰਦੇ ਆ ਜਿਸ ਕਰਕੇ ਸਾਰੇ ਡਿਪਾਰਟਮੈਂਟ ਨੂੰ ਉਹਦਾ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡਾ ਡਿਪਾਰਟਮੈਂਟ ਬਹੁਤ ਅੱਛਾ ਹੈ, ਅਸੀਂ ਇਸ ਡਿਪਾਰਟਮੈਂਟ ਦੇ ਸਿਰ ਤੋਂ ਆਪਣੇ ਬੱਚੇ ਪੜ੍ਹਾਉਂਦੇ ਹਾਂ, ਪਾਲਦੇ ਹਾਂ, ਠੀਕ ਹੈ, ਸਾਨੂੰ ਇੱਥੋਂ ਸੈਲਰੀ ਮਿਲਦੀ ਆ, ਅਸੀਂ ਸੇਵਾ ਕਰਨ ਲਈ ਆਏ ਹਾਂ ਅਤੇ ਸੇਵਾ ਕਰਾਂਗੇ। ਬਹੁਤ ਅੱਛੀ ਗੱਲ, ਬਹੁਤ ਅੱਛਾ। ਥੋੜ੍ਹਾ ਜਿਹਾ ਜਦੋਂ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ ਸੀ, ਜਿਵੇਂ ਗਲੰਟਰੀ ਅਵਾਰਡ ਮਿਲੇ ਹੈਗੇ ਆ ਤੁਹਾਨੂੰ, ਜਿਹੜੇ ਹੈਗੇ 2 ਵਾਰੀ ਨੈਸ਼ਨਲ ਅਵਾਰਡ ਮਿਲੇ ਹੈਗੇ, ਇਹਨਾਂ ਦਾ ਕੋਈ ਇਕਨੋਮਿਕ ਬੈਨੀਫਿਟ ਵੀ ਹੁੰਦਾ, ਕੋਈ ਪੈਸਾ ਧੇਲਾ ਵੀ ਮਿਲਦਾ, ਕੋਈ ਪੈਨਸ਼ਨ ਵਗੈਰਾ, ਇਹਦੇ ਬੈਨੀਫਿਟ ਕੋਈ ਕਿਹੜੇ, ਦੱਸੋ ਸਾਡੇ ਦਰਸ਼ਕਾਂ ਨੂੰ। ਭਾਰਤ ਸਾਹਿਬ, ਜਿਹੜਾ ਤਾਂ ਰਾਸ਼ਟਰਪਤੀ ਜੀ ਵੱਲੋਂ ਗਰੰਟੀ ਮੈਡਲ ਮਿਲਿਆ ਹੈ, ਹਾਂਜੀ, ਉਹਦੇ ਬੈਨੀਫਿਟਸ ਨੇ, ਇੱਕ ਤਾਂ ਰੇਲਵੇ ਦਾ ਕਲਾਸ 1 AC ਦਾ ਫ੍ਰੀ ਪਾਸ ਹੈ ਪੂਰੀ ਜ਼ਿੰਦਗੀ ਲਈ, ਪੂਰੀ ਜ਼ਿੰਦਗੀ ਲਈ, ਅੱਛਾ, ਵਿਦ 1 ਕੰਪੇਨੀਅਨ, ਅੱਛਾ, ਅਤੇ ਕਾਰਡ ਪਾਸ ਹੁੰਦਾ ਆ, ਅਤੇ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ, ਜਾ ਸਕਦੇ ਹੋ, ਸਾਲ ਬਾਅਦ ਉਹਨੂੰ ਰੀਨਿਊ ਕਰਦੇ ਆ। ਬਹੁਤ ਅੱਛੀ ਗੱਲ। ਇੱਕ ਘਰ ਲੈਂਡਲਾਈਨ ਜਿਹੜਾ ਵਿਦਆਊਟ ਰੈਂਟ, ਉਹ ਟੈਲੀਫੋਨ ਦੀ ਫੈਸਿਲਿਟੀਜ਼ ਹੈਗੀ ਆ, ਅੱਛਾ ਜੀ, 2000 ਰੁਪਇਆ ਪਰ ਮੰਥ ਜਿਹੜੀ ਇਹਦੀ ਪੈਨਸ਼ਨ ਹੈਗੀ ਆ ਹੋਲ ਲਾਈਫ, ਵੈਰੀ ਗੁੱਡ, ਬਾਈ ਏਅਰ 75% ਡੋਮੈਸਟਿਕ ਏਅਰਸ 'ਤੇ ਇਹਦਾ ਫੇਅਰ ਫਰੀ ਡਿਸਕਾਊਂਟ ਹੈਗਾ ਜੀ, ਉਹ ਤਾਂ ਮੁਫਤ ਵਰਗ ਹੀ ਹੋ ਗਈ ਸਮਝੋ ਏਅਰਲਾਈਨ ਹੈ ਜੀ। ਅਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਬੱਚਿਆਂ ਦੇ ਲਈ ਵੀ ਇਹਦੇ 'ਚ ਫੈਸਿਲਿਟੀਜ਼ ਹੈਗੀ ਆ ਭਾਰਤ ਸਾਹਿਬ, MBBS ਅਤੇ ਇੰਜੀਨੀਅਰਿੰਗਸ ਦੇ ਵਿੱਚ 1% ਦਾ ਕੋਟਾ ਰੱਖਿਆ ਗਿਆ, ਤੁਸੀਂ ਕਿਸੇ ਵੀ, ਤੁਹਾਡਾ ਬੱਚਾ ਜਿਹੜਾ ਉਹ ਡਿਜ਼ਰਵ ਕਰਦਾ ਹੋਣਾ ਚਾਹੀਦਾ ਹੈ, ਉਹਦੀ 1% ਜਿਹੜਾ ਕੋਟੇ ਦੇ ਨਾਲ ਉਹ MBBS ਅਤੇ ਇੰਜੀਨੀਅਰਿੰਗ ਦੇ ਵਿੱਚ ਉਹਦੀ ਸੀਟ ਰਾਖਵੀਂ ਹੈ। ਅਤੇ ਇਸ ਤੋਂ ਇਲਾਵਾ ਜਿਹੜਾ ਪ੍ਰਾਈਮ ਮਿਨਿਸਟਰ ਜੀ ਵੱਲੋਂ ਦਿੱਤਾ ਜਾਣ ਵਾਲਾ ਲਾਈਫ ਸੇਵਿੰਗ ਅਵਾਰਡ ਹੈ, ਇਹਦੇ ਵਿੱਚ 1800 ਰੁਪਇਆ ਪਰ ਮੰਥ ਫਾਰ ਐਵਰ ਇਹਨੂੰ ਹੋ ਰਿਹਾ ਵਾ, ਸਮਾਂ ਸਮਾਂ ਸਿਰ ਜਿਹੜੀ ਗੌਰਮੈਂਟ ਆਫ ਇੰਡੀਆ ਇਹਦੇ 'ਚ ਵਾਧਾ ਕਰਦੀ ਰਹਿੰਦੀ ਹੈ ਅਤੇ ਉਹ ਹੁੰਦਾ ਰਹਿੰਦਾ ਵਾਧਾ ਕਰਦੀ ਰਹਿੰਦੀ ਜੀ ਭਾਈ ਸਾਹਿਬ। ਮੌਜ ਲਾ ਕੇ ਫਿਰ ਤੁਸੀਂ ਤਾਂ ਬੜੇ ਅਮੀਰ ਆਦਮੀ ਹੋ, ਤੁਹਾਨੂੰ ਤਾਂ ਕਾਫੀ ਪੈਸਾ ਇਹ ਪਰ ਮੰਥ ਮਿਲਦਾ ਰਹੇਗਾ। ਇਹ ਤੁਹਾਡਾ ਆਸ਼ੀਰਵਾਦ ਹੈ ਜੀ ਬਜ਼ੁਰਗਾਂ ਦਾ ਜੀ, ਪਿਆਰ ਹੈ ਤਾਂ। ਚਲੋ ਵਧੀਆ। ਇੱਕ ਗੱਲ ਹੋਰ ਮੈਨੂੰ ਦੱਸੋ ਵੀ ਜਿਵੇਂ ਬਾਕੀ ਵੀ ਪੰਜਾਬ ਵਿੱਚ ਹੋਰ ਹਰ ਜ਼ਿਲ੍ਹੇ ਵਿੱਚ ਥਾਣੇਦਾਰ ਹੈਗੇ ਆ, ਅਤੇ ਉਹ ਫਿਰ ਕੋਈ ਇੱਦਾਂ ਦਾ ਜਿਹੜੇ ਕੋਈ ਛੋਟਾ ਮੋਟਾ ਫੰਕਸ਼ਨ ਕਰਕੇ ਕੋਈ ਤੁਹਾਨੂੰ ਲੋਕਲ ਲੈਵਲ 'ਤੇ ਵੀ ਤੁਹਾਨੂੰ ਪ੍ਰੋਤਸਾਹਨ ਕੋਈ ਸ਼ਾਬਾਸ਼ ਦਿੱਤੀ ਜਾਂਦੀ ਕਿ ਨਹੀਂ? ਜਿਹੜੇ ਸਾਡੇ SSP ਸਰ ਹੈ ਜੀ, ਉਹ ਇਸ ਵੱਲੋਂ ਪੂਰਾ ਧਿਆਨ ਰੱਖਦੇ ਨੇ। ਸ਼੍ਰੀ ਨਵਜੋਤ ਸਿੰਘ ਮਾਲ ਸਾਡੇ SSP ਸਾਹਿਬ ਨੇ ਜਲੰਧਰ ਨੇ, ਉਹ ਵੈਸੇ ਵੀ ਜਿਹੜਾ ਕੋਈ ਵੀ ਅੱਛਾ ਕੰਮ ਕਰਦਾ ਉਹਨੂੰ ਸੱਦਦੇ ਆ, ਉਹਨੂੰ ਓਨਰ ਕਰਦੇ ਆ, ਪੂਰੀ ਜਿਹੜਾ SHO ਦੀ ਮੀਟਿੰਗ ਹੁੰਦੀ ਆ ਉਸ 'ਤੇ ਉਹਨਾਂ ਨੂੰ ਐਪਰੀਸ਼ੀਏਟ ਵੀ ਕੀਤਾ ਜਾਂਦਾ। ਮੈਨੂੰ ਵੀ ਉਹਨਾਂ ਨੇ ਐਪਰੀਸ਼ੀਏਟ ਪੂਰੀ SHO ਦੀ ਮੀਟਿੰਗ ਦੇ ਵਿੱਚ ਬੁਲਾ ਕੇ ਕੀਤਾ ਵਾ। ਮੈਂ ਆਪਣੇ ਸੀਨੀਅਰ ਆਫਿਸਰ ਸਾਹਿਬਾਨ ਸਾਰਿਆਂ ਦਾ ਰਿਣੀ ਹੈ। ਅੱਛਾ, ਇਹਦੇ ਨਾਲ ਨਾਲ ਮੈਨੂੰ 1-2 ਗੱਲਾਂ ਹੋਰ ਦੱਸੋ ਵੀ ਸਰਕਾਰੀ ਡਿਊਟੀ ਦੇ ਨਾਲ ਨਾਲ ਇਹ ਤੁਹਾਨੂੰ ਜਿਹੜੀ ਇਸ ਤਰ੍ਹਾਂ ਦੇ ਮੋਟੀਵੇਸ਼ਨਲ ਕੰਮ ਕਰਨ ਦੀ ਪ੍ਰੇਰਣਾ ਕਿੱਥੋਂ ਮਿਲੀ ਸੀ? ਭਾਰਤ ਸਾਹਿਬ, ਐਕਚੁਅਲੀ ਮੇਰੇ ਦਾਦਾ ਜੀ ਉਹ ਅੰਗਰੇਜ਼ਾਂ ਦੇ ਟਾਈਮ ਦੇ ਕਹਿੰਦੇ ਥਾਣੇਦਾਰ ਸੀਗੇ, ਉਹ ਮੇਰੇ ਨਾਨਾ ਜੀ ਵੀ ਥਾਣੇਦਾਰ ਸੀ, ਮੇਰੇ ਵੱਡੇ ਬ੍ਰਦਰ ਜਿਹੜੇ ਉਹ ਇਸ ਵੇਲੇ DSP ਨੇ, CBI 'ਚ ਦਿੱਲੀ ਪੋਸਟਡ ਨੇ,
ਮੇਰੇ ਮਾਮਾ ਜੀ CO ਕਮਾਂਡਿੰਗ ਆਫਿਸਰ ਐਜ਼ ਆਰਮੀ ਦੇ ਵਿੱਚੋਂ ਰਿਟਾਇਰਡ ਹੋਏ ਨੇ ਅਤੇ ਮੈਂ ਜਿਹੜਾ ਹੈਗਾ ਡਿਫੈਂਸ ਦੇ ਵਿੱਚ ਮੇਰੇ ਪੇਰੈਂਟਸ ਦਾ ਹੋਣ ਕਰਕੇ ਮੇਰਾ ਜਿਹੜਾ ਰੁਝਾਨ ਸੀਗਾ ਉਹ ਸ਼ੁਰੂ ਤੋਂ ਜਿਹੜਾ ਸੇਵਾ ਵਾਲੇ ਪਾਸੇ ਸੀਗਾ ਅਤੇ ਮੈਂ ਇਸ ਕਰਕੇ ਮੈਨੂੰ ਉਹਨਾਂ ਦਾ ਜਿਹੜਾ ਮੈਨੂੰ ਪਿਛੋਕੜ ਜਿਹੜੀ ਮੈਨੂੰ ਗੁੜ੍ਹਤੀ ਮਿਲੀ ਆ ਉਹ ਮੈਨੂੰ ਮੇਰੇ ਪਰਿਵਾਰ 'ਚੋਂ ਹੀ ਮਿਲੀ ਦੀ ਹੈ। ਬਹੁਤ ਵਧੀਆ ਸਰ, ਬਹੁਤ। ਅਤੇ ਐਡਮਿਨਿਸਟ੍ਰੇਟਿਵਲੀ ਤੁਹਾਨੂੰ ਇੱਥੇ ਥਾਣੇ ਵਿੱਚ ਜਿਹੜੇ ਤੁਹਾਡੇ ਬਾਕੀ ਤੁਹਾਡੇ ਅੰਡਰ ਮੁਲਾਜ਼ਮ ਕੰਮ ਕਰਨ ਵਾਲੇ ਤੁਹਾਨੂੰ ਨਰਮ ਅਫਸਰ ਗਿਣਦੇ ਆ ਕਿ ਸਖ਼ਤ ਅਫਸਰ ਗਿਣਦੇ ਹੈਗੇ, ਕਿੱਦਾਂ ਦੀ ਤੁਹਾਡੀ ਛਵੀ ਹੈਗੀ ਆ? ਪਰ ਸਾਹਿਬ ਮੈਂ ਉਹਨਾਂ ਨੂੰ ਸਮਾਂ ਸਮਾਂ ਸਿਰ ਬਰੀਫ ਕਰਦਾ ਰਹਿੰਦਾ ਨਾ, ਰੋਜ਼ ਸਵੇਰੇ ਸ਼ਾਮ ਉਹਨਾਂ ਨੂੰ ਗਿਣਤੀ ਲੈਂਦਾ, ਉਹਨਾਂ ਨਾਲ ਬੈਠਦਾ, ਉਹਨਾਂ ਨਾਲ ਗੱਲਾਂ ਕਰਦਾ, ਜਿਹੜਾ ਉਹਨਾਂ ਦੇ ਵੈਲਫੇਅਰ ਦੇ ਕੰਮ ਹੈ ਮੈਂ ਉਹ ਵੀ ਕਰਦਾ ਵਾਂ। ਜਦੋਂ ਉਹ ਕੋਈ ਗਲਤ ਕੰਮ ਕਰਦੇ ਉਹਨਾਂ ਨੂੰ ਪਨਿਸ਼ ਵੀ ਕਰੀਦਾ ਹੈ ਵੀ ਤੁਸੀਂ ਆਹ ਗਲਤ ਹੋ, ਤੁਸੀਂ ਇਹ ਗਲਤੀ ਕੀਤੀ। ਜੀ ਜੀ ਬਿਲਕੁਲ ਬਿਲਕੁਲ, ਉਹਨਾਂ ਨੂੰ ਪਨਿਸ਼ ਵੀ ਕਰੀਦਾ, ਜਿੱਥੇ ਸਖ਼ਤੀ ਦਿਖਾਉਣ ਦੀ ਲੋੜ ਆ ਉੱਥੇ ਸਖ਼ਤੀ ਵੀ ਦਿਖਾਈ ਦੀ ਹੈ, ਜਿੱਥੇ ਇਹਨਾਂ ਦੇ ਵੈਲਫੇਅਰ ਦਾ ਕੰਮ ਹੈ ਉਹ ਪ੍ਰੋਪਰ ਨਾਲ ਹੋ ਕੇ ਵੈਲਫੇਅਰ ਵੀ ਕਰੀਦਾ ਜੀ। ਚਲੋ ਜੀ, ਇਹਦੇ ਨਾਲ ਨਾਲ ਜਿਸ ਮੁਹੱਲੇ 'ਚ ਜਿੱਥੇ ਤੁਸੀਂ ਏਰੀਏ ਵਿੱਚ ਰਹਿੰਦੇ ਆ ਉੱਥੇ ਵੀ ਨੈਚੁਰਲੀ ਵੈਸੇ ਤਾਂ ਥਾਣੇਦਾਰ ਦਾ ਪਹਿਲਾਂ ਹੀ ਰੁਤਬਾ ਕਾਫੀ ਹੁੰਦਾ ਹੈਗਾ, ਅੱਛਾ ਅਸਰ ਰਸੂਖ ਹੁੰਦਾ, ਪਰ ਜੇ ਤੁਸੀਂ ਇਸ ਤਰ੍ਹਾਂ ਨੈਸ਼ਨਲ ਅਵਾਰਡ ਲਓ ਤਾਂ ਉਹ ਫਿਰ ਥੋੜ੍ਹਾ ਜਿਹਾ ਹੋਰ ਲੋਕ ਰਿਸਪੈਕਟ ਦੀ ਨਿਗਾਹ ਨਾਲ ਦੇਖਦੇ ਹੈਗੇ। ਤੁਹਾਡੀ ਵਾਈਫ ਦਾ, ਤੁਹਾਡੇ ਬੱਚਿਆਂ ਦਾ ਜਾਂ ਆਂਢੀ ਗੁਆਂਢੀਆਂ ਦਾ ਕੀ ਤੁਹਾਡੇ ਇਸ ਨਜ਼ਰੀਏ ਨਾਲ ਦੇਖਦੇ ਹੈਗੇ? ਪਰ ਸਾਹਿਬ ਮੈਂ ਇੱਕ ਬੜੀ ਵਧੀਆ ਤੁਹਾਨੂੰ ਗੱਲ ਕਰਨੀ ਚਾਹੁੰਦਾ ਵੀ ਮੈਨੂੰ ਸ਼ਾਇਦ ਹੀ ਮੇਰੇ ਮੁਹੱਲੇ 'ਚ ਕਿਸੇ ਨੇ ਦੇਖਿਆ ਹੋਵੇ, ਮੇਰੇ ਕੋਲ ਟਾਈਮ ਹੀ ਨਹੀਂ ਹੋਊਗਾ ਪਰ ਸਾਹਿਬ ਵੀ ਮੈਂ ਉੱਥੇ ਮੁਹੱਲੇ ਦੇ ਵਿੱਚ ਜਾਵਾਂ, ਲੇਕਿਨ ਇਹ ਮੈਨੂੰ ਪੂਰੇ ਮੁਹੱਲੇ ਵਿੱਚ ਮੇਰੇ ਪਿੰਡ ਵੱਲ 'ਚ ਮੈਨੂੰ ਪੂਰਾ ਸਤਿਕਾਰ, ਮੇਰੇ ਪਰਿਵਾਰ ਨੂੰ ਸਤਿਕਾਰ ਦਿੰਦੇ ਆ, ਮੇਰੇ ਬੱਚਿਆਂ ਨੂੰ ਪੂਰਾ ਸਤਿਕਾਰ ਹੁੰਦਾ, ਪੂਰੇ ਅਮਨ ਸ਼ਾਂਤੀ ਦਾ, ਮੈਂ ਕਿਸੇ ਨੂੰ ਹੁੰਦਾ ਹੀ ਨਹੀਂ, ਮੈਂ ਲੱਗਦਾ ਹੀ ਨਹੀਂ ਮੈਂ ਸੱਚੋ ਹੈਗਾ ਜੀ ਉੱਥੇ ਮੁਹੱਲੇ 'ਚ, ਮੈਂ ਤਾਂ ਸਿਰਫ ਇੱਕ ਆਮ ਨਾਗਰਿਕ ਦੇ ਤੌਰ 'ਤੇ ਉੱਥੇ ਰਹਿੰਦਾ। ਘਰ ਦੀ ਮੁਰਗੀ ਦਾਲ ਬਰਾਬਰ ਹੈ। ਚਲੋ ਵਧੀਆ ਵਧੀਆ, ਬਹੁਤ ਅੱਛੀ ਗੱਲ ਆ। ਪਰ ਕਈ ਵਾਰੀ ਮੈਂ ਦੇਖਿਆ ਕੁਛ ਇੱਦਾਂ ਦੇ ਵੀ ਲੋਕ ਹੁੰਦੇ ਆ ਜਿਹੜੀ ਉਹ ਅਫਸਰੀ ਜਾਂ ਥਾਣੇਦਾਰੀ ਉਹ ਫਿਰ ਘਰ ਤਾਂ ਹੀ ਵੀ ਟਰੈਵਲ ਕਰ ਜਾਂਦੀ ਆ, ਉਹ ਫਿਰ ਥੋੜ੍ਹਾ ਜਿਹਾ ਪਰੇਸ਼ਾਨੀ ਹੁੰਦੀ, ਫਿਰ ਉਹਦੇ ਨਾਲ ਥੋੜ੍ਹੀ ਪਰੇਸ਼ਾਨੀ ਹੁੰਦੀ ਜੀ, ਥਾਣੇਦਾਰੀ ਥਾਣੇ 'ਚ ਹੀ ਛੱਡ ਕੇ ਚਲੇ ਜਾਈਦਾ। ਘਰ 'ਚ ਕੌਣ ਆ ਤੁਸੀਂ, ਥਾਣੇਦਾਰ ਹੋ ਮੈਡਮ ਹੈ ਥਾਣੇਦਾਰ? ਨਹੀਂ ਘਰ 'ਚ ਮੈਡਮ ਹੀ। ਮੈਂ ਮੇਰੀ ਹਜੇ ਜੋਬ ਕਾਫੀ ਪਈ ਆ, ਮੈਂ ਹੋਰ ਮਿਹਨਤ ਕਰਨੀ ਚਾਹੁੰਦਾ, ਮੈਂ ਹੋਰ ਅੱਗੇ ਤੋਂ ਅੱਗੇ ਜਾਣਾ ਚਾਹੁੰਦਾ ਵਾਂ। ਮੈਂ ਜਿੰਨੇ ਆਪਣੇ ਜਦੋਂ ਵੀ ਮੈਨੂੰ ਪਿੱਛੇ ਮੇਰੀ ਪੋਸਟਿੰਗ ਹੋਈ ਸੀ ਟੀਚਿੰਗ ਸੈੱਲ ਦੇ ਵਿੱਚ, ਅਤੇ ਜਿੰਨੇ ਵੀ ਮੇਰੇ ਕੋਲ ਐਜੂਕੇਸ਼ਨ ਲਈ ਆਉਂਦੇ ਸੀਗੇ ਮੈਂ ਉਹਨਾਂ ਨੂੰ ਕਾਫੀ ਇੰਸਪਾਇਰ ਕੀਤਾ, ਕਾਫੀ ਉਹਨਾਂ ਨੂੰ ਦੱਸਦਾ ਰਿਹਾ, ਕਾਫੀ ਉਹਨਾਂ ਨੂੰ ਇੰਟਰਸਟ ਪੈਦਾ ਕਰਦਾ, ਅਤੇ ਹੁਣ ਜਿਹੜਾ ਆਪਣਾ ਮੇਰਾ ਸਟਾਫ ਹੈ ਮੈਂ ਉਹਨਾਂ ਨੂੰ ਵੀ ਕਰਦਾ ਰਹਿੰਦਾ ਹਾਂ। ਮੈਂ ਕਹਿੰਦਾ ਜਿੰਨੀ ਜੋਬ ਹੈਗੀ ਹੈ ਜਿੰਨਾ ਵੱਧ ਤੋਂ ਵੱਧ ਤੁਸੀਂ ਭਲਾ ਕਰਨਾ ਚਾਹੇ ਤੁਸੀਂ ਕਰੋ, ਤੁਸੀਂ ਇਸ ਫੀਲਡ 'ਚ ਆਪਣਾ ਨਾਂ ਕਮਾ ਸਕਦੇ ਹੋ, ਤੁਹਾਡੇ ਕੋਲ ਇਹ ਬੜਾ ਵੱਡੀ ਅਪਰਚੁਨਿਟੀ ਹੈ, ਬਹੁਤ ਵੱਡਾ ਮੌਕਾ ਹੈ। ਠੀਕ ਹੈ, ਭਗਵਾਨ ਨੇ ਤੁਹਾਨੂੰ ਇਹ ਮਦਦ ਦਿੱਤੀ ਹੈ ਵੀ ਇੱਕ ਪਾਸੇ ਤੁਸੀਂ ਆਪਣੀ ਸਰਵਿਸ ਕਰੋ, ਉੱਥੋਂ ਪੈਸਾ ਕਮਾਓ ਅਤੇ ਆਪਣਾ ਨਾਂ ਕਮਾਓ ਅੱਛਾ ਇਹ ਕੰਮ ਕਰਕੇ। ਇੱਕ ਤੋਂ ਮੈਂ ਤੁਹਾਡੀ ਜਿਹੜੀ ਡਿਊਟੀ ਨਾਲ ਰਿਲੇਟਡ ਗੱਲਾਂ ਕਰਨੀਆਂ ਚਾਹੁੰਦਾ, ਜਦੋਂ ਦੀ ਕੈਪਟਨ ਅਮਰਿੰਦਰ ਦੀ ਸਰਕਾਰ ਬਣੀ ਆ ਅਤੇ ਡਰੱਗ ਦਾ ਜਿਹੜਾ ਪ੍ਰੋਬਲਮ ਤਾਂ ਪਹਿਲਾਂ ਵੀ ਸੀ ਹੁਣ ਵੀ ਆ, ਗੌਰਮੈਂਟ ਦਾ ਪ੍ਰਾਇਰਟੀ ਆ ਵੀ ਇਹ ਕੀਤਾ ਜਾਵੇ, ਇਸ ਤੁਹਾਡੇ ਏਰੀਏ ਵਿੱਚ ਕਿੰਨੀ ਕੁ ਸਮੱਸਿਆ, ਕਿੰਨੇ ਕੁ ਤੁਸੀਂ ਕੋਈ ਕਦਮ ਪੁੱਟੇ ਹੈਗੇ ਉਸ ਸੰਬੰਧ ਵਿੱਚ? ਤਕਰੀਬਨ ਸਾਡੇ ਏਰੀਏ ਵਿੱਚ ਡਰੱਗਸ ਦੇ ਅਸੀਂ ਨਾਂ ਦਾ ਵਿਕਣ ਦਿੱਤੀ ਹੈ ਭਾਰਤ ਸਾਹਿਬ। ਅੱਛਾ ਜੀ। ਜਿਹੜੇ ਬੰਦੇ ਕੋਈ ਇੱਥੋਂ ਬਾਹਰੋਂ ਲਾਟੀਆਂ ਵਾਲ ਵਗੈਰਾ ਕਪੂਰਥਲਾ ਸਾਈਡ ਤੋਂ ਕੋਈ ਲੈ ਕੇ ਆਉਂਦੇ ਆ, ਉਹਨਾਂ ਦੇ ਪੇਰੈਂਟਸ ਨੂੰ ਐਜੂਕੇਟ ਕਰੀਦਾ, ਉਹਨਾਂ ਨੂੰ ਸਮਝਾਈਦਾ, ਇਕੱਲੇ ਇਕੱਲੇ ਕਾਂਸਟੇਬਲ ਨੂੰ ਇੱਕ ਇੱਕ ਪਿੰਡ ਵੰਡ ਕੇ ਦਿੱਤਾ ਹੋਇਆ, ਉਹਨਾਂ ਦੇ ਪਿੰਡ ਵੱਜ ਦਿੱਤਾ, ਉਸ ਪਿੰਡ ਦਾ ਉਹ ਜ਼ਿੰਮੇਵਾਰ ਆ, ਉੱਥੇ ਕਿਹੜਾ ਬੱਚਾ ਡਰੱਗਸ ਲੈ ਰਿਹਾ ਉਹਦੇ ਮਾਂ ਬਾਪ ਨੂੰ ਐਜੂਕੇਟ ਕਰੀਦਾ, ਮੈਂ ਖੁਦ ਵਿਜ਼ਿਟ ਕਰਦਾ, ਫਿਰ ਉਸਨਾਂ ਨੂੰ ਜੈਲ ਅਫਸਰ ਉਹਦੇ ਉੱਪਰ ਇੰਚਾਰਜ ਲਾਏ ਹੋਏ ਨੇ, ਜੈਲ ਅਫਸਰ ਉਹਨਾਂ ਕੋਲ ਫੀਡਬੈਕ ਲੈਂਦੇ ਆ, ਸਮਾਂ ਸਮਾਂ ਸਿਰ ਮੈਂ ਫੀਡਬੈਕ ਲੈਂਦਾ ਇਹਨਾਂ ਦੋਨਾਂ ਦੀਆਂ ਮੀਟਿੰਗਸ ਕਰਕੇ, ਕੁਝ ਪਰਸਨਲੀ ਪਿੰਡਾਂ ਦੇ ਵਿੱਚ ਜਾਂਦੇ ਹਾਂ, ਉਹਨਾਂ ਦੇ ਮਾਂ ਬਾਪ ਨੂੰ ਐਜੂਕੇਟ ਕਰਕੇ ਉਹਨਾਂ ਦਾ ਅਸੀਂ ਟ੍ਰੀਟਮੈਂਟ ਕਰਵਾਉਂਦੇ ਹਾਂ। ਮੰਨ ਲਓ ਕਈ ਵਾਰੀ ਕੋਈ ਬੰਦਾ ਝਿਜਕਦਾ ਰਹਿੰਦਾ ਹੈਗਾ, ਪਤਾ ਨਹੀਂ ਪੁਲਿਸ ਨੇ, ਥਾਣੇਦਾਰ ਨੇ ਜਾਂ ਕੋਈ ਹੋਰ ਅਫਸਰ ਨੇ ਕੰਮ ਕਰਨਾ ਜਾਂ ਨਹੀਂ ਕਰਨਾ। ਮੰਨ ਲਓ ਕੋਈ ਕਿਸੇ ਬੰਦੇ ਨੂੰ ਇਨਫੋਰਮੇਸ਼ਨ ਹੈਗੀ ਵੀ ਆਹ ਬੰਦਾ ਵੇਚਦਾ ਜਾਂ ਖਰੀਦਦਾ ਜਾਂ ਇੱਦਾਂ ਦਾ ਧੰਦਾ ਕਰਦਾ, ਉਹ ਤੁਹਾਨੂੰ ਕੌਨਫੀਡੈਂਸ਼ਲੀ ਮਤਲਬ ਗੁਪਤ ਤੌਰ 'ਤੇ ਵੀ ਇਨਫੋਰਮ ਕਰ ਸਕਦਾ ਹੈਗਾ? ਬਿਲਕੁਲ ਭਾਰਤ ਸਾਹਿਬ, ਸਾਨੂੰ ਫੋਨ ਆਉਂਦੇ ਨੇ, ਮੈਂ ਤੁਹਾਨੂੰ ਦੱਸਾਂ ਸਾਡੇ ਸੀਨੀਅਰ ਆਫਿਸਰਸ ਨੇ ਵੀ ਇੱਕ ਹੈਲਪਲਾਈਨ ਦਾ ਨੰਬਰ ਇਸ ਸੰਬੰਧੀ ਜਾਰੀ ਕੀਤਾ ਹੋਇਆ, ਇਸ ਤੋਂ ਇਲਾਵਾ 112 ਨੰਬਰ ਦਾ ਵੀ ਹੈਗਾ, ਨੰਬਰ ਹੈਗਾ ਸਰਕਾਰ ਵੱਲੋਂ ਜਾਰੀ ਹੋਏ ਦਾ, ਇਹਨਾਂ 'ਤੇ ਵੀ ਦੱਸ ਸਕਦਾ ਹੈਗਾ। ਜੀ ਹਾਂ, ਉਹਨਾਂ 'ਤੇ ਵੀ ਉਹ ਜਿਹੜਾ ਹੈਗਾ ਮੈਸੇਜ ਦੇ ਸਕਦੇ ਆ।
ਸਾਨੂੰ ਪਰ ਸਾਹਿਬ ਦੱਸਾਂਗਾ ਵੀ ਇੱਕ ਜਿਵੇਂ ਹੁਣ ਘਰ ਦੀਆਂ ਲੇਡੀਜ਼ ਵੀ ਇਸ ਮਾਮਲੇ 'ਚ ਖੁੱਲ੍ਹ ਕੇ ਪੁਲਿਸ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਆ, ਉਹ ਇੰਨੀਆਂ ਕੁ ਪਰੇਸ਼ਾਨੀ ਵਿੱਚ ਹੋਣ ਦੇ ਬਾਵਜੂਦ ਵੀ ਉਹ ਨਾ ਅੱਗੇ, ਨਹੀਂ ਤਾਂ ਲੇਡੀਜ਼ ਇਸ ਮਾਮਲੇ ਵਿੱਚ ਕਦੀ ਕੋਈ ਗੱਲ ਨਹੀਂ ਸੀ ਕਰਦੇ, ਕਦੀ ਗੱਲ ਨਹੀਂ ਸੀ ਕਰਦੇ ਹੁੰਦੇ, ਹੁਣ ਉਹ ਵੀ ਆ ਕੇ ਦੱਸ ਕੇ ਵੀ ਸਾਡੀ ਆਹ ਮਦਦ ਕਰੋ, ਸਾਨੂੰ ਆਹ ਜਿਹੜਾ ਹੈ ਇਸਦਾ ਇਲਾਜ ਕਰਾਓ, ਮੇਰਾ ਬੇਟਾ ਜਾਂ ਮੇਰਾ ਬੇਟਾ ਜਾਂ ਮੇਰਾ ਭਰਾ ਠੀਕ ਹੈ ਇਸ ਕੰਮ 'ਚ ਇਨਵੋਲਵ ਹੈ, ਤੁਸੀਂ ਕਾਇੰਡਲੀ ਸਾਡੀ ਮਦਦ ਕਰੋ, ਅਤੇ ਅਸੀਂ ਉਹਨਾਂ ਦੀ ਕਰਦੇ ਹਾਂ। ਇੱਕ ਦੋ ਗੱਲਾਂ ਲਾਸਟ ਵਿੱਚ ਹੋਰ ਪੁੱਛਣੀਆਂ ਚਾਹੁੰਦਾ, ਆਮ ਤੌਰ 'ਤੇ ਛੋਟੇ ਮੋਟੇ ਪਿੰਡਾਂ ਵਿੱਚ ਜਿਹੜੀ ਲੜਾਈ ਝਗੜਾ ਜਾਂ ਪੈਟੀ ਕ੍ਰਾਈਮ ਦਾ ਹੁੰਦੇ ਰਹਿੰਦੇ ਹੈਗੇ ਆ ਸਾਡੀ ਸੁਸਾਇਟੀ ਵਿੱਚ, ਅਤੇ ਕਈ ਵਾਰੀ ਸਿਫਾਰਿਸ਼ਾਂ ਵੀ ਆਉਂਦੀਆਂ ਹੋਣੀਆਂ ਕੋਈ ਹੋਰ ਹੈਗਾ, ਲੋਕਾਂ ਨੂੰ ਕਿਵੇਂ ਇਨਸ਼ੋਰ ਕਰਦੇ ਵੀ ਜਸਟਿਸ ਮਿਲ ਸਕੇ, ਇਨਸਾਫ ਮਿਲ ਸਕੇ? ਸਭ ਤੋਂ ਈਜ਼ੀ ਅਤੇ ਸਭ ਤੋਂ ਸਸਤਾ ਜਿਹੜਾ ਇਨਸਾਫ ਹੈ ਉਹ ਪੁਲਿਸ ਦੇ ਕੋਲ ਹੁੰਦਾ, ਅਤੇ ਸਭ ਤੋਂ ਜਲਦੀ, ਸਭ ਤੋਂ ਈਜ਼ੀ, ਸਭ ਤੋਂ ਜਲਦੀ ਅਤੇ ਸਭ ਤੋਂ ਸਸਤਾ ਜਿਹੜਾ ਉਹ ਇਨਸਾਫ ਆ ਪੁਲਿਸ ਦੇ ਕੋਲ ਹੁੰਦਾ। ਜਿੰਨੇ ਵੀ ਕੋਈ ਕ੍ਰਾਈਮ ਹੁੰਦੇ ਨੇ, ਪੈਟੀ ਫੈਂਸਿਸ ਹੁੰਦੇ ਆ, ਉਹਨਾਂ ਨੂੰ ਪਰਸਨਲੀ ਇਕੱਲੇ ਇਕੱਲੇ ਨੂੰ ਆਪ ਮੋਨੀਟਰਿੰਗ ਕਰੀਦੀ ਆ, ਉਹਨਾਂ ਦੀ ਕਾਉਂਸਲਿੰਗ ਕਰੀਦੀ ਆ, ਤਕਰੀਬਨ 99% ਉਹਨਾਂ ਦੇ ਕੰਪਰੋਮਾਈਜ਼ ਕਰਵਾਏ ਆ, ਕੋਈ ਇੱਕ ਅੱਧਾ ਪਰਸੈਂਟ ਹੀ ਲੜਾਈ ਝਗੜੇ ਦਾ ਕੋਈ ਕੇਸ ਰਜਿਸਟਰ ਹੋਏਗਾ। ਹਾਂਜੀ ਹਾਂਜੀ, ਇੱਕ ਅੱਧਾ ਪਰਸੈਂਟ ਹੀ ਕੋਈ ਕੇਸ ਰਜਿਸਟਰ ਕਰੀਦਾ, ਜੇ ਕੋਈ ਜ਼ਿਆਦਾ ਹੋਵੇ ਵੀ ਕਿਸੇ ਤਰੀਕੇ ਜਿਹੜਾ ਦੋਨਾਂ ਦੀਆਂ ਪਾਰਟੀਬਾਜ਼ੀਆਂ ਪੁਰਾਣੀਆਂ ਚੱਲ ਰਹੀਆਂ, ਪੁਰਾਣੀਆਂ ਖੁੰਦਕਤ ਚੱਲ ਰਹੀਆਂ, ਅਤੇ ਉਹ ਉਹਨਾਂ ਕੇਸਾਂ ਦੇ ਵਿੱਚ ਅਸੀਂ ਥੋੜ੍ਹਾ ਜਿਹਾ ਉਹ ਵੀ ਇਹ ਨਹੀਂ ਇਹਨਾਂ ਦਾ ਕੰਪਰੋਮਾਈਜ਼ ਹੁੰਦਾ, ਅਤੇ ਫਿਰ ਅਸੀਂ ਗਾਂਹ ਜੱਜ ਸਾਹਿਬ ਨੂੰ ਰਿਕਮੈਂਡ ਕਰਕੇ ਭੇਜ ਦਈ ਦੇ ਕੇਸ ਕਰਕੇ FIR ਲੋਜ ਕਰਕੇ, ਕੋਸ਼ਿਸ਼ ਇਹ ਕਰੀਦੀ ਵੀ ਚਲੋ ਇਹਨਾਂ ਦੋਨਾਂ ਧਿਰਾਂ ਦਾ ਬੈਠ ਕੇ ਜਿਹੜਾ ਹੈਗਾ ਕੰਮ ਬਿਲਕੁਲ ਜੀ ਸਰ ਜੀ ਉਹਨਾਂ ਨੂੰ ਕਰਵਾ ਦਿੰਦੇ ਨੇ। ਚਲੋ ਤੁਸੀਂ ਅਖੀਰ ਵਿੱਚ ਪੰਜਾਬ ਦੇ ਲੋਕਾਂ ਨੂੰ ਜਿੱਥੇ ਜਿੱਥੇ ਵੀ ਥਾਣੇਦਾਰ ਲੱਗੇ ਹੈਗੇ ਆ, ਅਤੇ ਉਹਨਾਂ ਨੂੰ ਕੋਈ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਲਾਅ ਅਬਾਈਡਿੰਗ ਸਿਟੀਜ਼ਨ ਰਹਿਣ ਜਾਂ ਕਿਤੇ ਕੋਈ ਸਮੱਸਿਆ ਹੈਗੀ ਆ, ਰਾਈਟ ਫੋਰਮ 'ਤੇ ਪੁਲਿਸ ਨੂੰ ਅਪਰੋਚ ਕਰਨ? ਮੈਂ ਤਾਂ ਇੱਕੋ ਗੱਲ ਕਰਦਾ ਵੀ ਸਭ ਤੋਂ ਪਹਿਲਾਂ ਜਦੋਂ ਵੀ ਕੋਈ ਇੰਸੀਡੈਂਟ ਹੁੰਦਾ ਤਾਂ ਸਭ ਤੋਂ ਪਹਿਲਾਂ ਧਿਆਨ ਉਹਨਾਂ ਦਾ ਜਾਂਦਾ ਪੁਲਿਸ ਦੇ ਕੋਲ। ਅੱਛਾ, ਕੋਈ ਵੀ ਮਜਰੂਬ ਆਉਂਦਾ ਹੈ ਉਹਦੀ ਸਾਨੂੰ ਗੱਲ ਸੁਣੋ, ਉਹਦੀ ਮਦਦ ਕਰਨੀ ਚਾਹੀਦੀ ਹੈ, ਸਾਡਾ ਫਰਜ਼ ਬਣਦਾ ਵਾ। ਠੀਕ ਹੈ, ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਵਾਂ, ਕਿਸੇ ਵੀ ਮਜਰੂਬ ਨੂੰ ਉਸੇ ਵੇਲੇ ਉਹਦੀ ਮਦਦ ਕੀਤੀ ਜਾਵੇ, ਅਤੇ ਤੁਹਾਡਾ ਸਮਾਜ ਦੇ ਵਿੱਚ ਜਿਹੜਾ ਅਕਸ਼ਾ ਉਹ ਚੰਗਾ ਜਾਵੇਗਾ, ਅਤੇ ਪਬਲਿਕ ਦੇ ਵਿੱਚ ਪੁਲਿਸ ਦਾ ਜਿਹੜਾ ਹੈਗਾ ਉਹ ਵੀ ਇਮੇਜ ਅੱਛੀ ਹੋਏਗੀ। ਚਲੋ ਲਾਸਟ ਵਿੱਚ, ਤੁਹਾਡੇ ਫੈਮਿਲੀ ਵਿੱਚ ਬੱਚੇ ਕਿੰਨੇ ਆ ਅਤੇ ਕਿਹੜੀ ਕਿਹੜੀ ਕਲਾਸ 'ਤੇ ਪੜ੍ਹਦੇ, ਕੀ ਕਿਹੜੀ ਸਾਈਡ 'ਤੇ ਉਹਨਾਂ ਨੂੰ ਲਿਜਾਣ ਦਾ ਇਰਾਦਾ ਹੈਗਾ, ਇਹ ਵੀ ਦੱਸ ਦਿਓ ਤੁਹਾਡੇ ਦਰਸ਼ਕਾਂ ਨੂੰ ਜ਼ਰੂਰ। ਪਰ ਸਾਹਿਬ ਮੈਂ ਦੱਸਾਂ ਵੀ ਮੇਰੀ ਫੈਮਿਲੀ ਸਾਰੀ ਮੇਰੀ ਵਾਈਫ ਹੀ ਦੇਖਦੀ ਆ। ਅੱਛਾ ਜੀ, ਠੀਕ ਹੈ, ਮੈਂ ਤਾਂ ਟਾਈਮ ਸਾਰਾ ਮੇਰੇ ਕੋਲ ਤਾਂ ਸਮਾਂ ਇੰਨਾ ਕੁ ਹੁੰਦਾ ਨਹੀਂ ਵੀ ਜਾ ਸਕੀਏ ਵੀ ਜ਼ਿਆਦਾ ਉਹਨਾਂ 'ਚ ਬੈਠ ਸਕੀਏ, ਜਦੋਂ ਜਾਂਦੇ ਹਾਂ ਉਹਨਾਂ ਕੋਲ ਬੈਠੀਦਾ ਵਾ, ਉਹਨਾਂ ਨਾਲ ਗੱਲਬਾਤ ਵੀ ਕਰੀਦੀ ਹੈਗੀ ਆ। ਬੱਚਿਆਂ ਨੇ ਆਪਣਾ ਫੀਲਡ ਆਪ ਚੁਣਦੇ ਆ, ਮੈਂ ਸੋਚਦਾ ਨਹੀਂ ਵੀ ਮੈਂ ਉਹਨਾਂ ਨੂੰ ਪ੍ਰੈਸ ਕਰਾਂ ਵੀ ਤੁਸੀਂ ਇਸ ਫੀਲਡ 'ਚ ਜਾਓ ਜਾਂ ਆਹ ਕਰੋ। ਮੇਰੀ ਬੇਟੀ ਜਿਹੜੀ ਹੈਗੀ ਆ ਉਹ 8th ਸੈਂਟ ਜੋਸਫ ਗਰਲ ਸਕੂਲ CBSE ਸਿਲੇਬਸ ਕੈਂਟ ਰੋਡ 8th ਸਟੈਂਡਰਡ 'ਚ ਹੈ ਜੀ। ਹਾਂ, ਮੇਰਾ ਬੇਟਾ ਜਿਹੜਾ ਉਹ 6th ਸਟੈਂਡਰਡ 'ਚ ਹੈ, ਅਤੇ ਬੜੇ ਅੱਛੀ ਉਹ ਸਟੱਡੀ ਕਰ ਰਿਹਾ, ਅਤੇ ਤੁਹਾਡੇ ਆਸ਼ੀਰਵਾਦ ਨਾਲ ਮੇਰਾ ਬੱਚਾ ਨੂੰ ਥੋੜ੍ਹਾ ਸ਼ੌਂਕ ਸਿੰਗਿੰਗ ਵੱਲ ਵੀ ਹੈਗਾ, ਅਤੇ ਉਹ ਜਿਸ ਫੀਲਡ 'ਚ ਵੀ ਜਾਣਗਾ ਜੋਗਾ ਮੈਂ ਅਸੀਂ ਤਾਂ ਉਹਦੀ ਮਦਦ ਪੂਰੀ ਕਰਾਂਗੇ। ਬਹੁਤ ਅੱਛਾ ਲੱਗਾ ਬਾਲੀ ਸਾਹਿਬ ਤੁਹਾਨੂੰ ਮਿਲ ਕੇ, ਮੈਨੂੰ ਉਮੀਦ ਆ ਤੁਸੀਂ ਜ਼ਿੰਦਗੀ 'ਚ ਹੋਰ ਤਰੱਕੀਆਂ ਕਰੋ। ਇੱਕ ਤੁਹਾਡੇ ਮਹਿਕਮੇ ਨੂੰ ਮੇਰੀ ਦਰਖਾਸਤ ਆ, ਜਿਹੜੇ ਵੀ ਕੋਈ ਪੁਲਿਸ ਅਫਸਰ ਸੁਣ ਰਹੇ ਹੈਗੇ ਇਹਨਾਂ ਦੀ ਪ੍ਰਮੋਸ਼ਨ ਵੀ ਕਰੋ ਅਤੇ ਅਗਲੀਆਂ ਜ਼ਿੰਮੇਵਾਰੀ ਦਿਓ ਤਾਂ ਕਿ ਹੋਰ ਵੀ ਵਧੀਆ ਕੰਮ ਕਰਨ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਜੀ। ਥੈਂਕ ਯੂ ਸਰ।